5 ਵਜੇ ਤੱਕ ਜੋ ਰਿਪੋਰਟ ਮਿਲੀ ਸੀ 36% ਪੋਲਿੰਗ ਹੋਈ ਸੀ ਤਾਂ ਤੁਸੀਂ ਕਹਿ ਲਓ ਕਿ ਆਖਰੀ ਤੌਰ ਤੇ 40% ਹੋ ਜੂਗੀ ਮੈਕਸਿਮਮ ਜਦ ਕਿ ਪਿਛਲਾ ਲੋਕ ਸਭਾ ਇਲੈਕਸ਼ਨ ਜਦ ਸੰਗਰੂਰ ਚ ਹੋਇਆ ਸੀ ਤਾਂ ਉਹਦੀ ਪੋਲਿੰਗ ਸੀਗੀ 72 ਪਰਸੈਂਟੇਜ ਅੱਗੇ ਕੁਝ ਸੀ 73 ਹੀ ਸਮਝ ਲਓ ਔਰ ਜੋ ਅਸੈਂਬਲੀ ਹੋ ਕੇ ਆਈ ਹੈ ਸਾਡੇ ਉਹ ਤਾਂ 80 ਦੇ ਕਰੀਬ ਸੀ ਇਹਦਾ ਮਤਲਬ ਇੰਨਾ ਜੋਸ਼ ਮੱਠਾ ਪੈ ਗਿਆ ਲੋਕਾਂ ਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰਾ ਨੂੰ ਕਿ ਵੋਟਾਂ ਥੋਂ ਨੂੰ ਪਾਈਆਂ ਸੀਗੀਆਂ ਕਿਸੇ ਹੋਰ ਨੂੰ ਨਹੀਂ ਸੋ ਤੁਸੀਂ ਇਹਦੇ ਬਾਰੇ ਸੋਚੋ ਇਹ ਲੋਕਾਂ 'ਚ ਨਿਰਾਸ਼ਾ ਕਿਉਂ ਆ ਰਹੀ ਹੈ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਇੰਨੇ ਉਤਸ਼ਾਹ ਨਾਲ ਚੁਣਿਆ ਉਹ ਜੋਸ਼ ਮੱਠਾ ਕਿਉਂ ਪੈ ਰਿਹਾ ਹੋ ਸਕਦਾ ਤੁਸੀਂ ਜਿੱਤੂਗੇ ਸ਼ਾਇਦ ਹੋ ਸਕਦਾ ਮਾਨ ਸਾਹਿਬ ਜਿੱਤ ਜਾ ਮੈਨੂੰ ਉਹਦੇ ਬਾਰੇ ਕੋਈ ਨਹੀਂ ਪਰ ਅੱਜ ਜੋ ਪੋਲਿੰਗ ਹੋਈ ਹੈ ਉਹਦੇ ਤੋਂ ਕਲੀਅਰ ਘੱਟ ਹੈ ਕਿ ਜੋਸ਼ ਮੱਠਾ ਪੈ ਗਿਆ ਹੈ ਲੋਕਾਂ ਦਾ ਕੋਈ ਇੰਟਰਸਟ ਹੀ ਨਹੀਂ ਹੈ ਇਲੈਕਸ਼ਨ ਚ ਕਿਉਂ ਆਏ ਹੁਣੇ ਕੰਮ ਇੱਕ ਤਰੀਕਾ ਇੱਕ ਆਰ ਅਪਣਾਇਆ ਹੋਇਆ ਕਿ ਜਿਹੜਾ ਬੰਦਾ ਵੀ ਆਪ ਬਾਰੇ ਕੋਈ ਗੱਲ ਕਰ ਦੇ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਇਹ ਕੰਮ ਬੀਜੇਪੀ ਕਰਦੀ ਹੁੰਦੀ ਸੀ ਕਿ ਇਹੀ ਕੰਮ ਤੁਸੀਂ ਕਰਦੇ ਚੰਗੇ ਲੱਗਦੇ ਹੋ ਸਤਿ ਸ਼੍ਰੀ ਅਕਾਲ ਜੀ ਅ ਮੈਂ ਇਹ ਰਾਤ ਨੂੰ ਰਿਕਾਰਡ ਕਰ ਰਹੇ ਹਾਂ ਜਸਦਨ ਪੋਲਿੰਗ ਹੋਈ ਹੈ ਸੰਗਰੂਰ ਲੋਕ ਸਭਾ ਹਲਕੇ ਦੀ ਔਰ ਤੁਹਾਡੇ ਸਾਹਮਣੇ ਅੱਜ 24 ਤਰੀਕ ਨੂੰ ਆ ਰਿਹਾ ਹੈ 5 ਵਜੇ ਤੱਕ ਜੋ ਰਿਪੋਰਟ ਮਿਲੀ ਸੀ 36% ਪੋਲਿੰਗ ਹੋਈ ਸੀਗੀ ਤਾਂ ਤੁਸੀਂ ਕਹਿ ਲਓ ਕਿ ਆਖਰੀ ਤੌਰ ਤੇ 40% ਹੋ ਜੂਗੀ ਮੈਕਸਿਮਮ 40 ਦੇ ਆਸ-ਪਾਸ ਜਦ ਕਿ ਪਿਛਲਾ ਲੋਕ ਸਭਾ ਇਲੈਕਸ਼ਨ ਜਦੋਂ ਸੰਗਰੂਰ ਚ ਹੋਇਆ ਸੀ ਤਾਂ ਉਹਦੀ ਪੋਲਿੰਗ ਸੀਗੀ 72 ਪਰਸੈਂਟ ਜੱਗੇ ਕੁਝ ਸੀ 73 ਹੀ ਸਮਝ ਲਓ ਔਰ ਜੋ ਅਸੈਂਬਲੀ ਹੋ ਕੇ 80 ਹੈ ਸਾਡੇ ਉਹ ਤਾਂ 80 ਦੇ ਕਰੀਬ ਸੀ ਇਹਦਾ ਮਤਲਬ ਇੰਨਾ ਜੋਸ਼ ਮੱਠਾ ਪੈ ਗਿਆ ਲੋਕਾਂ ਦਾ ਕੀ ਕਾਰਨ ਹੈ ਇਹਦਾ ਕੋਈ ਤਾਂ ਵਜ੍ਹਾ ਹੋਊਗੀ ਉਤਸ਼ਾਹ ਹੀ ਖਤਮ ਹੋ ਗਿਆ ਹੈ ਕਿਉਂ ਖਤਮ ਹੋ ਗਿਆ ਹੈ ਇਹ ਆਪ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਆਪੋਜੀਸ਼ਨ ਨੂੰ ਇਹਦੇ ਲਈ ਸੋਚਣ ਦੀ ਇੰਨੀ ਲੋੜ ਨਹੀਂ ਗਈ ਕਿਉਂਕਿ ਆਪੋਜੀਸ਼ਨ ਨੂੰ ਤਾਂ ਲੋਕ ਮੰਨ ਚੁੱਕੇ ਆ ਪਾਸੇ ਉਹ ਤਾਂ ਖੈਰ ਮੁਕਾਬਲਾ ਤਾਂ ਮਾਨ ਸਾਹਿਬ ਨਾਲ ਹੀ ਹੈ ਆਪ ਦਾ ਲੇਕਿਨ ਆਪ ਸੋਚੇ ਕਿ ਇੰਨੀ ਪਰਸੈਂਟੇਜ ਜਿੰਨੀ ਟੋਟਲ ਹੋਣੀ ਹੈ ਇੰਨੀ ਤਾਂ ਉਹਨਾਂ ਨੂੰ ਸਾਰੀ ਪੈ ਗਈ ਸੀ ਵਿਧਾਨ ਸਭਾ ਵੇਲੇ ਔਰ ਲੋਕ ਸਭਾ ਵੇਲੇ ਵੀ ਕੀ ਕਾਰਨ ਹੈ ਕਿ ਇੰਨੀ ਪਰਸੈਂਟੇਜ ਘਟ ਗਈ ਨਿਰਾਸ਼ਾ ਕਿਹੜੀ ਗੱਲ ਦੀ ਆਈ ਹੈ ਇਹਦੇ ਬਾਰੇ ਬਾਲਾ ਮਾੜੀ ਜੀ ਨਜ਼ਰ ਸਾਨੀ ਕਰ ਲਿਓ ਜੇ ਆਪ ਦੇ ਫੈਸਲਿਆਂ ਤੇ ਆਪ ਦੀਆਂ ਗੱਲਾਂ ਤੇ ਔਰ ਮੇਰੀ ਸਪੈਸ਼ਲ ਰਿਕੁਐਸਟ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਿ ਵੋਟਾਂ ਤੁਹਾਨੂੰ ਪਾਈਆਂ ਸੀਗੀਆਂ ਕਿਸੇ ਹੋਰ ਨੂੰ ਨਹੀਂ ਤੁਸੀਂ ਇਹਦੇ ਬਾਰੇ ਸੋਚੋ ਇਹ ਲੋਕਾਂ ਚ ਨਿਰਾਸ਼ਾ ਕਿਉਂ ਆ ਰਹੀ ਹੈ ਹੁਣੇ ਕੰਮ ਇੱਕ ਤਰੀਕਾ ਇੱਕਾਰ ਅਪਣਾਇਆ ਹੋਇਆ ਹੈ ਕਿ ਜਿਹੜਾ ਬੰਦਾ ਵੀ ਆਪ ਬਾਰੇ ਕੋਈ ਗੱਲ ਕਰ ਦੇ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਹੋ ਜਾਣੀਆਂ ਸੋਸ਼ਲ ਮੀਡੀਆ ਤੇ ਇਹ ਕਮ ਬੀਜੇਪੀ ਕਰਦੀ ਹੁੰਦੀ ਸੀ ਕਿ ਇਹੀ ਕਮ ਤੁਸੀਂ ਕਰਦੇ ਚੰਗੇ ਲੱਗਦੇ ਹੋ ਆਪ ਦੇ ਬਾਰੇ ਤੁਹਾਡੇ ਬਾਰੇ ਜੇ ਕੋਈ ਦੱਸਦਾ ਤਾਂ ਉਹਨੂੰ ਵੈਲਕਮ ਕਰੋ ਇਹ ਤੁਹਾਡੇ ਹੱਕ ਦੀ ਗੱਲ ਹੈ ਤੁਸੀਂ ਆਪ ਦੇ ਆਪ ਨੂੰ ਸੁਧਾਰ ਸਕਦੇ ਹੋ ਆਪ ਦਾ ਨਿਰਿਕਸ਼ਨ ਖੁਦ ਕਰ ਸਕਦੇ ਹੋ ਜਦੋਂ ਕੋਈ ਦੱਸੂਗਾ ਤੁਹਾਡੇ ਬਾਰੇ ਜੇ ਉਹਨੂੰ ਗਾਲਾਂ ਕੱਢੂਗੇ ਉਹਦੇ ਨਾਲ ਉਹ ਹਟ ਥੋੜੀ ਜਾਣਗੇ ਬੀਜੇਪੀ ਕੀ ਕਰਦੀ ਸੀ ਜੀ ਦੀ ਤੁਸੀਂ ਦਿਨ ਰਾਤ ਆਲੋਚਨਾ ਕਰਦੇ ਹੋ ਇਹੀ ਕਰਦੀ ਸੀ ਕਿ ਉਹਦੇ ਬਾਰੇ ਕਿਸੇ ਨੇ ਬੋਲਿਆ ਔਰ ਸਾਰੀ ਉਹਨਾਂ ਦੀ ਸੈਨਾ ਟੁੱਟ ਪੈਂਦੀ ਸੀ ਇਹੀ ਕੰਮ ਤੁਸੀਂ ਕਰ ਰਹੇ ਹੋ ਇਹਦੀ ਬਜਾਏ ਸੋਚੋ ਕਿ ਜੋਸ਼ ਮੱਠਾ ਕਿਉਂ ਪੈ ਰਿਹਾ ਜਿੰਨਾ ਲੋਕਾਂ ਨੇ ਤੁਹਾਨੂੰ ਇੰਨੇ ਉਤਸ਼ਾਹ ਨਾਲ ਚੁਣਿਆ ਉਹ ਜੋਸ਼ ਮੱਠਾ ਕਿਉਂ ਪੈ ਰਿਹਾ ਹੋ ਸਕਦਾ ਤੁਸੀਂ ਜਿੱਤੂਗੇ ਸ਼ਾਇਦ ਹੋ ਸਕਦਾ ਮਾਨ ਸਾਹਿਬ ਜਿਤ ਜਾਨ ਮੈਨੂੰ ਉਹਦੇ ਬਾਰੇ ਕੋਈ ਨਹੀਂ ਪਰ ਅੱਜ ਜੋ ਪੋਲਿੰਗ ਹੋਈ ਹੈ ਉਹਦੇ ਤੋਂ ਕਲੀਅਰ ਘਟ ਹੈ ਕਿ ਜੋਸ਼ ਮੱਠਾ ਪੈ ਗਿਆ ਹੈ ਲੋਕਾਂ ਦਾ ਕੋਈ ਇੰਟਰਸਟ ਹੀ ਨਹੀਂ ਹੈ ਇਲੈਕਸ਼ਨ ਚ ਕਿਉਂ ਹੋਇਆ ਹੈ ਮੈਂ ਉਹ ਸਾਰੇ ਫੈਸਲਿਆਂ ਦੇ ਉੱਤੇ ਨਜ਼ਰਸਾਨੀ ਕਰ ਲਿਓ ਜੇ ਉਹਨਾਂ ਬਾਰੇ ਮੈਨੂੰ ਬੜੇ ਬਾਰੀ ਕਹਿ ਚੁੱਕੀਆਂ ਹੋਰ ਕਹਿਣ ਦੀ ਲੋੜ ਨਹੀਂ ਹਾਂ ਇੱਕ ਗੱਲ ਜਿਹੜੀ ਮੈਂ ਕਹਿਣੀ ਹੈ ਆ ਪਿੱਛੇ ਜੇ ਮੀਟਿੰਗ ਹੋਈਆਂ ਬੀਬੀਐਮ ਬੋਰਡ ਆਲੀਆਂ ਪਖੜਾ ਡੈਮ ਵਾਲੀਆਂ ਉਦੇ ਵਿੱਚ ਸ਼ਾਇਦ ਇਹ ਗੰਕ ਨਾਲ ਦੇ ਵਿੱਚ ਪਾਣੀ ਵਧਾਇਆ ਜਾਵੇ ਉਹਦੀ ਮਾਤਰਾ ਇਹਦੇ ਬਾਰੇ ਕੁਝ ਗੱਲਾਂ ਹੋਈਆਂ ਨੇ ਕੀ ਸਾਡਾ ਵਿਰੋਧ ਉੱਥੇ ਜਤਾਇਆ ਜਾ ਰਿਹਾ ਹੈ ਜਾਂ ਨਹੀਂ ਜਤਾਇਆ ਜਾ ਰਿਹਾ ਸਾਡੇ ਮੈਂਬਰ ਤਾਂ ਰਹੀ ਨਹੀਂ ਉਹਦੇ ਵਿੱਚ ਤਾਂ ਆਪਾਂ ਕਿਵੇਂ ਵਿਰੋਧ ਜਿਤਾਵਾਂਗੇ zara ਇਹਦੇ ਬਾਰੇ ਵੀ ਸੋਚ ਲਿਓ ਜੇ ਜਿਹੜੇ ਫੈਸਲੇ ਸਾਡੇ ਤੇ ਥੋਪੇ ਗਏ ਨੇ ਸੈਂਟਰ ਸਾਡੇ ਕੋਲੋਂ ਸਾਡੇ ਅਧਿਕਾਰ ਲੈ ਗਿਆ ਬੀਐਸਐਫ ਵਾਲਾ ਇਹ ਸਾਰਾ ਜੋ ਫੈਡਰਲਿਜ਼ਮ ਨਾਲ ਜੁੜੀਆਂ ਗੱਲਾਂ ਨੇ ਇਹਦੇ ਤੇ ਕੁਝ ਕਰ ਰਹੇ ਹਾਂ ਅੱਗੇ ਵਧੇ ਹਾਂ ਅਬੀਬੀਅਮ ਚ ਹਰਿਆਣੇ ਨੂੰ ਨਾਲ ਲੈ ਕੇ ਅੱਗੇ ਵਧੇ ਹੋ ਬੀਐਸਐਫ ਦੇ ਉੱਤੇ ਬਾਕੀ ਦੇ ਪ੍ਰਦੇਸ਼ਾਂ ਨੂੰ ਬੰਗਾਲ ਨੂੰ ਮਹਾਰਾਸ਼ਟਰ ਨੂੰ ਜਾਂ ਹੋਰਾਂ ਨੂੰ ਲੈ ਕੇ ਅੱਗੇ ਵਧੇ ਹੋ ਇਹਦੇ ਬਾਰੇ ਵੀ ਸੋਚਿਓ ਜੇ ਹੋਰ ਗੱਲਾਂ ਛਣਾ ਲੱਗੇ ਰਹੋ ਪਲੀਜ਼ ਇਹ ਵੀ ਕਰੋ ਔਰ ਇੱਕ ਮੈਂ ਗੱਲ ਕਹਿਣੀ ਸੀਗੀ ਮੈਂ ਕੱਲ ਵੀਡੀਓ ਵੀ ਪਾਇਆ ਸੀ ਕਿ ਇੱਕ ਜਥੇਬੰਦੀ ਨੇ ਕਿਸਾਨ ਜਥੇਬੰਦੀ ਨੇ ਅੰਮ੍ਰਿਤਸਰ ਵੱਲੋਂ ਪੰਨੂ ਪੰਦੇਰ ਹੋਰਾਂ ਦੀ ਜਥੇਬੰਦੀ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਆਪਦੀ ਮੈਂਬਰਸ਼ਿਪ ਆਲੇ ਸਾਰੇ ਬੰਦਿਆਂ ਨੂੰ ਕਵਾਂਗੇ ਕਿ ਉਹ 10-10 ਦਰਖਤ ਲਾਉਣ ਔਰ ਹੋ ਸਕੇ ਤਾਂ ਜਿੱਡੀ ਝੋਨੇ ਦੀ ਬਜਾਈ ਕਰ ਰਹੇ ਨੇ ਬਜਾਈ ਕਰਨ ਲਾਉਣ ਨਾ ਇਹ ਬੜਾ ਅੱਛੀ ਪਹਿਲ ਹੈ ਕਿਸਾਨ ਜਥੇਬੰਦੀਆਂ ਵੀ ਮੈਨੂੰ ਸ਼ੁਕਰ ਹੈ ਰੱਬ ਦਾ ਕਿ ਉਹਨਾਂ ਨੇ ਸੋਚਿਆ ਕਿ ਅਸੀਂ ਧਰਤੀ ਪਾਣੀ ਤੇ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਵਧੀਏ ਇਹ ਬਹੁਤ ਜ਼ਰੂਰੀ ਗੱਲ ਹੈ ਕਿਉਂਕਿ ਸਾਰੀਆਂ ਚੀਜ਼ਾਂ ਅਸੀਂ ਗਵਰਨਮੈਂਟ ਤੇ ਨਹੀਂ ਛੱਡ ਸਕਦੇਗੇ ਕੋਈ ਚੀਜ਼ਾਂ ਸਾਨੂੰ ਵੀ ਕਰ ਲੀਆਂ ਪੈਣਗੀਆਂ ਮੈਂ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਵੀ ਕਹੂੰਗਾ ਜਿਹੜੇ ਜਿਹੜੀ ਫਿਕਸ ਡੇਟ ਆ ਉਸ ਤੋਂ ਪਹਿਲਾਂ ਝੋਨਾ ਲਾਉਣ ਲੱਗ ਗਏ ਸੀਗੇ ਕੀ ਹਾਸਲ ਕਰ ਲਿਆ ਸੀ ਸਾਰਾ ਕੁਸ਼ੀ ਸਰਕਾਰ ਕਰੂਗੀ ਸਾਰਾ ਕੁਸ਼ੀ ਕੋਈ ਹੋਰ ਕਰੇ ਆਪਾਂ ਯਾਰ ਪਾਣੀ ਆਪ ਦੀ ਧਰਤੀ ਖੋਖਲੀ ਕਰੀ ਜਾਂਦੇ ਆ ਉਹ ਜੋਲ ਸਾਹਿਬ ਨੇ ਇੱਕ ਗੱਲ ਬਹੁਤ ਸੋਹਣੀ ਕਹੀ ਸੀ ਬਾਕੀ ਉਹਨਾਂ ਦਾ ਸਟੈਂਡ ਅਲੱਗ ਸੀ ਮੈਂ ਉਹਦੇ ਨਾਲ ਸਹਿਮਤ ਨਹੀਂਗਾ ਪਰ ਇੱਕ ਗੱਲ ਬਹੁਤ ਸੋਹਣੀ ਕਹੀ ਸੀ ਜਦੋਂ ਕਿਸੇ ਨੇ ਉਹਨਾਂ ਤੋਂ ਪੁੱਛਿਆ ਸੀ ਕਿ ਸਾਰੇ ਕਿਸਾਨ ਪੁੱਛਦੇ ਨੇ ਕਿ ਚੋਨਾ ਨਹੀਂ ਤਾਂ ਅਸੀਂ ਕੀ ਬੀਜੀਏ ਤਾਂ ਉਹਨਾਂ ਨੇ ਕਿਹਾ ਸੀ ਜਦੋਂ ਪਾਣੀ ਨਾ ਰਿਆ ਉਦੋਂ ਕੀ ਬੀਜੂਗੇ ਉਹ ਹੁਣ ਬੀਜ ਲੋ ਚੋਏ ਦੇ ਬਾਰੇ ਸੋਚੋ ਆਪਣੀ ਵੀ ਜ਼ਿੰਮੇਵਾਰੀ ਹੈ ਅਸੀਂ ਮੋਟਰਾਂ ਦੇ ਆਸੇ-ਪਾਸੇ ਸਾਡੇ ਖੇਤ ਰੋੜੇ ਕੀਤੇ ਪਏ ਨੇ ਕਿ ਅਸੀਂ ਆਪਦੇ ਘਰਾਂ 'ਚ ਦਰਖਤ ਨਹੀਂ ਲਾ ਸਕਦੇ ਅਸੀਂ ਰਾਵਾਂ 'ਤੇ ਨਹੀਂ ਲਾ ਸਕਦੇ ਖਾਲਿਆਂ 'ਤੇ ਨਹੀਂ ਲਾ ਸਕਦੇ ਵਟਾਂ 'ਤੇ ਨਹੀਂ ਲਾ ਸਕਦੇ ਕਦੇ ਇਹਦੇ ਬਾਰੇ ਵੀ ਸੋਚ ਲਓ ਯਾਰ ਸਾਰੀ ਜ਼ਿੰਮੇਵਾਰੀ ਕਿਸੇ ਹੋਰ ਤੇ ਸੱਠ ਕੇ ਤਾਂ ਨਹੀਂ ਕੰਮ ਚੱਲਣਾ ਕੁਝ ਤਾਂ ਜ਼ਿੰਮੇਵਾਰੀਆਂ ਆਪਾਂ ਨੂੰ ਵੀ ਲੈਣੀਆਂ ਪੈਣਗੀਆਂ ਸੋ ਮੈਂ ਬਾਕੀ ਕਿਸਾਨ ਜਥੇਬੰਦੀਆਂ ਨੂੰ ਵੀ ਆਨੈ ਕਿ ਇਸ ਪਾਸੇ ਅੱਗੇ ਵਧੋ ਇਸ ਪਾਸੇ ਅੱਗੇ ਵਧੋ ਜੇ ਅਸੀਂ ਵੀ ਕੁਝ ਗਲਤ ਕਰ ਰਹੇ ਆਂ ਆਮ ਲੋਕ ਜਾਂ ਕਿਸਾਨ ਗਲਤ ਕਰ ਰਹੇ ਜਾਂ ਕੋਈ ਹੋਰ ਗਲਤ ਕਰ ਰਿਹਾ ਤਾਂ ਆਪਾਂ ਉਹਨਾਂ ਨੂੰ ਵੀ ਕਹੀਏ ਕਿ ਨਾ ਕਰੋ ਯਾਰੇ ਕੀ ਹਾਸਲ ਹੋ ਜੂਗਾ ਜੇ ਪਾਣੀ ਆਈ ਕੱਢੀ ਜਾਵਾਂਗੇ ਬੰਜਰ ਹੋ ਜਾਾਂਗੇ ਬਾਲੀ ਦੂਰ ਨਹੀਂ ਗਏ ਉਸ ਤੋਂ ਥੋੜਾ ਜਿਹਾ ਸੋਚੋ ਝੋਨੇ ਨੂੰ ਲਾਉਣ ਬਾਰੇ ਔਰ ਮੈਂ ਗਵਰਨਮੈਂਟ ਨੂੰ ਵੀ ਕਹੂੰਗਾ ਕਿ ਤੁਸੀਂ ਆਲਟਰਨੇਟਿਵ ਫਸਲ ਚਾਹੁੰਦੇ ਹੋ ਅਸੀਂ ਕਿੰਨੇ ਵਾਰੀਆਂ ਆਪਦੇ ਮੁੱਦਿਆਂ ਦੀ ਗੱਲ ਤੁਹਾਡੇ ਨਾਲ ਕੋਸ਼ਿਸ਼ ਕੀਤੀ ਹੈ ਮਿਲ ਕੇ ਵੀ ਤੁਹਾਨੂੰ ਦੱਸ ਸਕੀਏ ਜਿਹੜੇ ਕਿ ਤੁਸੀਂ ਅਵੇਲੇਬਲ ਹੀ ਨਹੀਂ ਮਿਲ ਲਈ ਕਿ ਕੈਟ 3 ਦੀ ਫੈਸਿਲਿਟੀ ਦਿਓ 에ਰਪੋਰਟਾਂ ਤੇ ਔਰ ਇਹ ਬਠਿੰਡੇ ਵਾਲਾ ਵੀ ਚਲਾਓ ਅਮ੍ਰਿਤਸਰ ਤੋਂ ਔਰ ਚੰਡੀਗੜ੍ਹ ਤੋਂ ਆ ਮਿਡਲ ਈਸਟ ਨਾਲ ਗੱਲ ਕਰੋ ਸੈਂਟਰ ਗਵਰਨਮੈਂਟ ਨਾਲ ਗੱਲ ਕਰੋ ਔਰ ਅਸੀਂ ਉੱਥੇ ਸਬਜ਼ੀਆਂ ਭੇਜ ਸਕੀਏ ਮਿਡਲ ਈਸਟ ਦੇ ਵਿੱਚ ਹੋਰ ਚੀਜ਼ਾਂ ਆਲਟਰਨੇਟਿਵ ਫਸਲਾਂ ਭੇਜ ਸਕੀਏ ਤਾਂ ਹੀ ਤਾਂ ਲੋਕ ਛੋਣਾ ਛੱਡ ਕੇ ਉਧਰਲੇ ਪਾਸੇ ਆਕਰਸ਼ਿਤ ਹੋਣਗੇ ਇਸ ਪਾਸੇ ਆਜੋ ਕਦੋਂ ਆਵਾਂਗੇ ਇਹ ਨੀਤੀਗਤ ਫੈਸਲੇ ਹੁੰਦੇ ਇੱਧਰ ਧਿਆਨ ਦਿਓ ਗੱਲਾਂ 1 2 ਥਾਵਾਂ ਤੇ ਜਾਂ ਡਿਸਟ੍ਰਿਕਟ ਲੈਵਲ ਤੇ ਥੋੜੀ ਜਿਹੀ ਕ腐ਸ਼ਨ ਘਟ ਕਰਨ ਦੇ ਨੂੰ ਉਦਾਂ ਮਤਲਬ ਗੁੱਡ ਪ੍ਰਸ਼ਾਸਨ ਨਹੀਂ ਹੁੰਦਾ ਕੁਝ ਹੋਰ ਗੱਲਾਂ ਵੀ ਕਰਨੀਆਂ ਪੈਣਗੀਆਂ ਇਹੋ ਜੀਆਂ ਆਊਟ ਆਫ ਦੀ ਬਾਕਸ ਸੋਚਣਾ ਪਊਗਾ ਕੋਸ਼ਿਸ਼ ਕਰੋ ਕਰੋ ਗੱਲ ਆ ਜੇ ਬਾਗਾਂ ਵੱਲੋਂ ਕੁਝ ਬਾਰਡਰ ਖੁੱਲ ਸਕੇ ਤਾਂ ਚਲੋ ਇਹ ਤਾਂ ਮੁਸ਼ਕਲ ਹੈ ਕਮ ਸੇ ਕਮ ਆ ਮਿਡਲ ਈਸਟ ਵਾਲਾ ਜਾਂ ਅਸੀਂ ਸਾਡੇ ਗ੍ਰਾਹਕ ਰੈਡੀ ਬੈਠੇ ਨੇ ਸਾਡੀ ਪੰਜਾਬੀ ਨੇ ਜਿਹੜੇ ਕੈਨੇਡਾ ਇੰਗਲੈਂਡ ਅਮਰੀਕਾ ਜਾਂ ਯੂਰਪ ਦੇ ਹਿੱਸਿਆਂ 'ਚ ਬੈਠੇ ਹੋ ਸਾਡੀਆਂ ਚੀਜ਼ਾਂ ਖਰੀਦਣ ਲਈ ਤਿਆਰ ਨੇ ਫੈਸਿਲਿਟੀਆਂ ਤਾਂ ਅਵੇਲੇਬਲ ਕਰਾਓ ਸੈਂਟਰ ਗਵਰਨਮੈਂਟ ਨਾਲ ਤਾਂ ਗੱਲ ਕਰੋ ਸੋ ਮੇਰੀ ਇਹ ਸਾਰੀ ਗੁਜ਼ਾਰਿਸ਼ ਹੈ ਤੁਹਾਨੂੰ ਔਰ ਆਪ ਨੂੰ ਸਪੈਸ਼ਲੀ ਮੈਂ ਕਹੂੰਗਾ ਗਵਰਨਮੈਂਟ ਨੂੰ ਸਪੈਸ਼ਲੀ ਔਰ ਮੁੱਖ ਮੰਤਰੀ ਸਾਹਿਬ ਨੂੰ ਕਿ ਜੋ ਜੋਸ਼ ਮਠਾ ਪਿਆ ਹੈ ਇਹ ਉਤਸ਼ਾਹ ਜੋ ਘਟਿਆ ਹੈ ਜੋ ਤੁਹਾਡੇ ਪ੍ਰਤੀ ਸੀ ਲੋਕਾਂ ਦਾ ਇਹਦੇ ਬਾਰੇ ਪੋਜ਼ਿਟਿਵਲੀ ਸੋਚਿਓ ਜੇ ਔਰ ਜੀੜੀਆਂ ਕੁਝ ਗੱਲਾਂ ਨਹੀਂ ਸਾਡੇ ਵਰਗੇ ਬੰਦੇ ਜਾ ਜਿਹੜੇ ਆਮ ਲੋਕਾਂ ਚੋਂ ਇੱਕ ਜਨਮਾਨਸ ਚੋਂ ਆਵਾਜ਼ ਨਿਕਲ ਕੇ ਆਉਂਦੀ ਹੈ ਕਿ ਆਹ ਚੀਜ਼ ਹੋਣੀ ਚਾਹੀਦੀ ਹੈ ਉਹਦੇ ਵੱਲ ਸੋਚਿਓ ਜੇ ਲੋਕਾਂ ਦੇ ਹੋ ਕੇ ਪੰਜਾਬ ਮਾਡਰਨਲ ਧਿਆਨ ਦਿਓ ਮੈਂ ਫੇਰ ਕਹੂੰਗਾ ਇਹ ਛੋਰ ਬੜੀਆਂ ਗੱਲਾਂ ਨੇ ਬਹੁਤ ਗੱਲਾਂ ਨੇ ਜਿਹੜੀਆਂ ਅਸੀਂ ਇੱਕ ਆਬਦਾ ਏਜੰਡਾ ਦਿੱਤਾ ਸੀ ਉਸ ਚ ਹੀ ਬੜਾ ਗੋਸ ਸੀ 32 ਮੁੱਦੇ ਤਾਂ ਅਸੀਂ ਚੱਕੇ ਸੀ 32 ਨਹੀਂ ਬਲਕਿ 36 36 ਵੀ ਨਹੀਂ ਬਲਕਿ 64 ਨੇ ਪੁੱਛੋ ਤਾਂ ਸਹੀ ਅਸੀਂ ਵੀ ਦੱਸਣ ਨੂੰ ਤਿਆਰ ਆਂ ਬਾਕੀ ਲੋਕ ਵੀ ਦੱਸਣ ਨੂੰ ਤਿਆਰ ਨੇ ਪੰਜਾਬ ਮਾਡਲ ਨੂੰ ਪਪੂਲਰ ਕਰੋ ਆਇਓ ਫਿਰ ਤੁਸੀਂ ਇੰਨਾਂ ਗੱਲਾਂ ਤੇ ਪੋਜ਼ਿਟਿਵਲੀ ਲਾਉਂਗੇ ਔਰ ਜਿਹੜੀਆਂ ਚੀਜ਼ਾਂ ਨਹੀਂ ਹੋ ਪਾਈਆਂ ਹੁਣ ਤੱਕ ਪੋਜ਼ਿਟਿਵ ਉਹਨਾਂ ਨੂੰ ਕਰਨ ਵੱਲ ਅੱਗੇ ਵਧੋਗੇ